अज भीर साडे कोल गोभी की सब्जी तैयार है बिलकुल जी, चिट्टे छोले तैयार है वीर जी, आयो मुंडे फोटो खिचा लो इधर जी। भाजी मेरा नाम गुरचरण सिंह, मेरे चाचा जी जगजीत सिंह जी और मेरे भरा अमृतपाल सिंह जी, ठीक है, पिंड सुमैलपुर तो वीर जी असी हैं, ठीक है, तहसील नकोदर जिला जलंधर तो वीर जी। ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਆਏ ਨੂੰ ਇੱਥੇ? ਭਾਈ ਤਕਰੀਬਨ ਸਾਨੂੰ 20 ਦਿਨ ਹੋ ਗਏ ਵੀਰ ਜੀ। ਅੱਛਾ, ਕਿੰਨੇ ਜਾਣੇ ਆਏ ਸੀਗੇ ਤੁਸੀਂ ਨਾਲ? ਤੁਸੀਂ ਸਾਡੇ 15-18 ਬੰਦੇ ਆਏ ਸੀਗੇ, ਜਿਹਦਾ ਸ਼ਿਫਟ ਰੱਖੀ ਹੋਈ ਆ। ਅੱਛਾ, ਬੰਦੇ ਚੱਲ ਜਾਂਦੇ ਆ, 10-10 ਹੋਰ ਆ ਜਾਂਦੇ ਆ, ਉਸ ਹਿਸਾਬ ਨਾਲ ਕੰਮ ਚੱਲ ਜਾਂਦਾ ਭਾਜੀ। ਤੇ ਆ ਹੁਣ 2-3 ਦਿਨ ਹੋ ਗਏ ਮੀਂਹ ਕਾਫੀ ਪੈਂਦਾ ਪਿਆ, ਇਹਦੇ ਨਾਲ ਤੁਹਾਨੂੰ? ਹਾਂਜੀ ਭਾਜੀ, ਜਿਹਦਾ ਨੂੰ 31 ਤਰੀਕ ਤੋਂ ਜਦੋਂ ਨਵਾਂ ਸਾਲ ਚੜਿਆ ਹੈਗਾ ਤਕਰੀਬਨ ਰੋਜ਼ ਹੀ ਬਾਰਿਸ਼ ਆ ਜਾਂਦੀ ਆ, ਤੇ ਤੁਸੀਂ ਬਾਕੀ ਦੇਖ ਸਕਦੇ ਆ, ਮਤਲਬ ਪਕਾਉਣ ਵਿੱਚ ਤਾਂ ਕਾਫੀ ਮੁਸ਼ਕਲ ਆਉਂਦੀ ਆ। ਔਰ ਸਾਡੇ ਹਲਵਾਈ ਵੀਰ ਬਹੁਤ ਵਧੀਆ ਹੈਗੇ ਆ, ਧੰਨ ਆ, ਜਿਹੜੇ ਇੰਨੇ ਮੀਂਹ ਦੇ ਵਿੱਚ ਵੀ ਬਹੁਤ ਵਧੀਆ ਆਪਦਾ ਕਾਰਜ ਨਿਭਾ ਰਹੇ ਆ, ਠੀਕ ਹੈ ਜੀ। ਤੰਦੂਰ ਵਾਲੇ ਰੋਟੀਆਂ ਚੱਲਦੀਆਂ ਹੈਗੀਆਂ, ਸਵੇਰ ਨੂੰ ਨਾਨ ਚੱਲਦੇ ਵੀਰ ਜੀ, ਉਦੋਂ ਬਾਅਦ ਰੁਮਾਲੀ ਪ੍ਰਸ਼ਾਦੇ ਆ, ਸਾਰੀ ਸੇਵਾ ਉਹਨਾਂ ਹੀ ਵੀਰ ਇਹਨਾਂ ਦਾ ਕੰਮ ਆ, ਇਹਨਾਂ 'ਤੇ ਜ਼ਰੂਰ ਵੀਰ ਫੋਕਸ ਕਰਿਓ, ਸਾਡਾ ਨਾ ਉਹਨਾਂ ਫੋਕਸ ਕਰਿਓ, ਇਹਨਾਂ ਦੀ ਸਾਰੀ ਬਦੌਲਤ 'ਤੇ ਕੰਮ ਚੱਲ ਰਿਹਾ ਵੀਰ ਜੀ। ਹਾਂਜੀ, ਅਤੇ ਤੁਸੀਂ ਹੁਣ ਕਿੰਨੇ ਕੁ ਦਿਨ ਇੱਥੇ ਦਾਦਾ ਤੁਹਾਡਾ ਰੁਕਣ ਦਾ? ਕਿੰਨਾ ਚਿਰ? ਜਿੰਨਾ ਚਿਰ ਮੋਰਚਾ ਫਤਿਹ ਨਹੀਂ ਕਰਕੇ ਜਾਂਦੇ ਵੀਰ ਜੀ, ਫਤਿਹ ਵਾਲਾ ਹੀ ਜਾਂਦੇ ਜੀ। रात में चलता काम ਬਾਜੋ ਬੁਲੀ ਕੇ ਚਾਹ ਬਣਾ ਲਿਆ ਰੱਖ ਰੱਖ ਹੋ ਜਾਂਦੇ ਤਾਂ ਕੋਈ ਜੀ।